ਸੀਬੀਐਸਈ ਦਾ ਅਹਿਮ ਫੈਸਲਾ ਹੁਣ ਸਾਲ 'ਚ ਦੋ ਵਾਰ ਹੋਣਗੀਆਂ ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ। ਸੈਸ਼ਨ 2024-25 ਤੋਂ ਦਸਵੀਂ ਅਤੇ ਬਾਰ੍ਹਵੀਂ ਦੀ ਕਲਾਸ ਦੀ ਪੜ੍ਹਾਈ ਸ਼ੁਰੂ ਕਰਨ ਵਾਲੇ ਵਿਦਿਆਰਥੀ ਮਲਟੀਪਲ ਬੋਰਡ ਫਾਰਮੈਟ ਵਿੱਚ ਬੈਠਣ ਦਾ ਮੌਕਾ ਪਾਉਣ ਵਾਲੇ ਪਹਿਲੇ ਬੈਚ ਹੋਣਗੇ। ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਸੀਬੀਐਸਈ 2024-25 ਦੇ ਸੈਸ਼ਨ ਤੋਂ ਸਾਲ ਵਿੱਚ ਦੋ ਵਾਰ ਕਲਾਸ ਦਸਵੀਂ ਅਤੇ ਬਾਰ੍ਹਵੀਂ ਲਈ ਬੋਰਡ ਪ੍ਰੀਖਿਆਵਾਂ ਆਯੋਜਿਤ ਕਰੇਗਾ। ਰਿਪੋਰਟ ਮੁਤਾਬਕ ਅਕਤੂਬਰ 2023 ਵਿੱਚ ਮੀਡੀਆ ਨੂੰ ਦਿੱਤੀ ਇੰਟਰਵਿਊ ਵਿੱਚ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਸੀ ਕਿ ਸਾਲ ਵਿੱਚ ਦੋ ਵਾਰ ਬੋਰਡ ਫਾਰਮੈਟ 2024-25 ਦੇ ਸਿੱਖਿਅਕ ਸਾਲ ਤੋਂ ਸ਼ੁਰੂ ਕੀਤਾ ਜਾਵੇਗਾ। ਹਾਲਾਂਕਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੁਤਾਬਕ ਦਸਵੀਂ ਅਤੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਲਈ ਸਾਲ ਵਿੱਚ ਦੋ ਵਾਰ ਬੋਰਡ ਪ੍ਰੀਖਿਆਵਾਂ ਦੇਣਾ ਜ਼ਰੂਰੀ ਨਹੀਂ ਹੋਵੇਗਾ। ਇਸ ਸਿਸਟਮ ਦਾ ਉਦੇਸ਼ ਉਹਨਾਂ ਵਿਦਿਆਰਥੀਆਂ ਦੇ ਤਣਾਅ ਘੱਟ ਕਰਨਾ ਹੈ ਜੋ ਸਾਲ ਵਿੱਚ ਇੱਕ ਵੀ ਮਿਲਣ ਵਾਲੇ ਮੌਕੇ ਤੋਂ ਚੂਕ ਜਾਣ ਤੋਂ ਡਰਦੇ ਹਨ। ਜੇਕਰ ਕੋਈ ਉਮੀਦਵਾਰ ਤਿਆਰ ਹੈ ਅਤੇ ਪ੍ਰੀਖਿਆਵਾਂ 'ਤੇ ਇੱਕ ਸੈੱਟ ਤੋਂ ਪ੍ਰਾਪਤ ਅੰਕਾਂ ਤੋਂ ਸੰਤੁਸ਼ਟ ਹੈ ਤਾਂ ਉਹ ਅਗਲੀ ਪ੍ਰੀਖਿਆ ਵਿੱਚ ਸ਼ਾਮਲ ਨਾ ਹੋਣ ਦਾ ਬਦਲ ਚੁਣ ਸਕਦਾ ਹੈ। ਅਜਿਹੇ ਵਿੱਚ ਦੋਵੇਂ ਪ੍ਰੀਖਿਆਵਾਂ ਵਿੱਚੋਂ ਜਿਸ ਵਿੱਚ ਵਿਦਿਆਰਥੀ ਜ਼ਿਆਦਾ ਅੰਕ ਹਾਸਲ ਕਰੇਗਾ ਉਸਨੂੰ ਫਾਈਨਲ ਰਿਜ਼ਲਟ ਦੇ ਮੈਰਿਟ ਲਿਸਟ ਲਈ ਲਿਆਇਆ ਜਾਵੇਗਾ। ਨਿਊਜ਼ ਬਿਊਰੋ, ਮਿਸ਼ਨ ਪੰਜਾਬ।